ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਚਾਹਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਮੂਸੇਵਾਲੇ ਦਾ ਇੱਕ ਹੋਰ ਨਵਾਂ ਗੀਤ ਆਉਂਦੇ ਜੂਨ ਮਹੀਨੇ ਵਿੱਚ ਰਿਲੀਜ਼ ਕੀਤਾ ਜਾਊਗਾ। ਮਸ਼ਹੂਰ ਬਰਤਾਨੀਆ ਦੀ ਰੈਪਰ ਸਟੀਫਲਨ ਡੌਨ ਵੀ ਇਸ ਗਾਣੇ ਵਿੱਚ ਸ਼ਾਮਿਲ ਹੈ। ਰੈਪਰ ਸਟੀਫਲਨ ਡੌਨ ਨੇ ਖੁਦ ਦੱਸਿਆ ਕਿ ਸਿੱਧੂ ਮੂਸੇਵਾਲੇ ਦੇ ਨਾਲ ਉਸਦਾ UK ਰੈਪ ਰਿਕਾਰਡ ਡਲਮਾ ਜੂਨ ਦੇ ਵਿੱਚ ਰਿਲੀਜ਼ ਹੋਵੇਗਾ। ਹਾਲ ਹੀ ਵਿੱਚ ਇੱਕ ਇੰਸਟਾਗ੍ਰਾਮ ਲਾਈਵ ਦੌਰਾਨ ਉਸਨੇ ਪ੍ਰਸ਼ੰਸਕਾਂ ਨੂੰ ਦੱਸਿਆ ਸੀ ਕਿ ਗੀਤ ਬਿਲਕੁਲ ਤਿਆਰ ਹੈ, ਜੂਨ ਦੇ ਵਿੱਚ ਆ ਜਾਊਗਾ। ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਦੇ ਵਿੱਚ ਆਪਣੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੱਢਣ ਗਏ ਸਨ। ਇਸ ਤੋਂ ਪਹਿਲਾਂ ਉਹਨਾਂ ਨੇ ਗੁਰਦਾਸਪੁਰ ਦੇ ਵਿੱਚ ਵੀ ਰੋਡ ਸ਼ੋਅ ਕੱਢਿਆ। ਕਹਿੰਦੇ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਪੰਜਾਬ 'ਚੋਂ ਪੱਕੀ ਛੁੱਟੀ ਹੋ ਜਾਏਗੀ ਅਤੇ ਇਹ ਬਿਆਨ ਉਹਨਾਂ ਨੇ ਕੋਈ ਪਹਿਲੀ ਵਾਰੀ ਨਹੀਂ ਬਲਕਿ ਕਈ ਵਾਰੀ ਇਹ ਬਿਆਨ ਦੇ ਕੇ ਉਹ ਦਾਅਵੇ ਕਰਦੇ ਨੇ ਕਿ ਅਕਾਲੀ ਦਲ ਹੁਣ ਇਹਨਾਂ ਚੋਣਾਂ ਦੇ ਵਿੱਚ ਪੰਜਾਬ 'ਚੋਂ ਪੂਰੀ ਤਰ੍ਹਾਂ ਖਤਮ ਹੋ ਜਾਊਗਾ। ਜਨਤਾ ਦੀ ਮੰਗ 'ਤੇ ਭਗਵੰਤ ਮਾਨ ਨੇ ਇੱਕ ਵਾਰ ਫਿਰ ਅਕਾਲੀ ਦਲ 'ਤੇ ਲਿਖੀ ਕਿੱਕਲੀ ਲੋਕਾਂ ਨੂੰ ਸੁਣਾਈ ਤੇ ਦਾਅਵਾ ਕੀਤਾ ਕਿ 4 ਜੂਨ ਨੂੰ ਇੰਡੀਆ ਗੱਠਜੋੜ ਦੀ ਹੀ ਸਰਕਾਰ ਬਣੇਗੀ ਤੇ ਆਮ ਆਦਮੀ ਪਾਰਟੀ ਦਾ ਵੱਡਾ ਹਿੱਸਾ ਹੋਊਗਾ। ਕਿੱਕਲੀ ਕਲੀਰ ਦੀ ਬੁਰੀ ਹਾਲਤ ਮਜੀਠੀਏ ਤੇ ਸੁਖਵੀਰ ਦੀ, ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ, ਉਹ ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ। ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ, ਬਿਜਲੀ ਦਾ ਕੋਈ ਬਿੱਲ ਨਹੀਂ, ਕੱਸੀਆਂ ਸੂਹਿਆਂ 'ਚ ਪਾਣੀ ਹੈ, ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ, ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਜਿਉਂਦੇ ਸੀ। ਉਹ ਤੋਂ ਬਾਅਦ ਸਮਝੀ ਨਾ ਸੋਚੀਏ, ਫਿਰ ਅਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਹੈ। ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ, ਉਹਨੂੰ ਬਾਹਰ ਕਿਵੇਂ ਕੱਢੀਏ? ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ। ਮੇਰਾ ਸੁੱਕੀ ਜਾਵੇ ਖੂਨ ਵੇ, ਨਾਲੇ ਉੱਡੀ ਜਾਵੇ ਸਕੂਨ ਵੇ, ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ। ਅਸੀਂ ਮੌਜ ਬਹੁਤ ਲੁੱਟੀ ਹੈ, ਕੁੱਗੀ ਛਿੱਤਰ ਨਾਲ ਕੁੱਟੀ ਹੈ, ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਹੈ। ਲੈ 4 ਤਰੀਕ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਛੁੱਟੀ ਹੈ। ਬੋਲੇ ਸੋ ਨਿਹਾਲ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਪੰਜਾਬ ਦੇ ਵਿੱਚ ਦੋਵੇਂ ਰੈਲੀਆਂ ਨਿਬੜ ਗਈਆਂ ਤੇ ਹੁਣ ਹੋਰ ਪਾਰਟੀਆਂ ਦੇ ਲੀਡਰ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ। ਮਾਇਆਵਤੀ ਨੇ ਵੀ ਕੱਲ੍ਹ ਪੰਜਾਬ ਦੇ ਵਿੱਚ ਰੈਲੀ ਕੀਤੀ। ਪ੍ਰਧਾਨ ਮੰਤਰੀ ਮੋਦੀ ਦੀਆਂ 3 ਰੈਲੀਆਂ ਤੋਂ ਉਤਸ਼ਾਹਿਤ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਗਰਮੀ ਦੇ ਨਾਲ ਨਾਲ ਬੀਜੇਪੀ ਦੇ ਸਮਰਥਕਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਉਹਨਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਤੰਜ ਕੱਸਦਿਆਂ ਕਿਹਾ ਕਿ ਮੈਂ ਕੇਜਰੀਵਾਲ ਨੂੰ ਚੈਲੰਜ ਕਰਦਾ, ਜਿਵੇਂ ਉਹਨਾਂ ਨੇ ਜੇਲ੍ਹ 'ਚੋਂ CM ਭਗਵੰਤ ਮਾਨ ਨੂੰ ਪੁੱਛਿਆ ਸੀ ਕਿ ਕੀ ਪੰਜਾਬ 'ਚ ਘਰ ਘਰ ਰਾਸ਼ਨ ਪਹੁੰਚ ਰਿਹਾ ਤੇ ਕੀ ਕਿਸਾਨਾਂ ਦੀ ਫਸਲ ਖਰੀਦੀ ਜਾ ਰਹੀ ਹੈ। ਇਸੇ ਤਰ੍ਹਾਂ ਉਹ ਆਪਣੇ ਸਟੇਜ ਤੋਂ ਆਪਣੇ CM ਭਗਵੰਤ ਮਾਨ ਨੂੰ ਪੁੱਛਣ ਪੰਜਾਬ ਜਦੋਂ ਆਉਣਗੇ ਕਿ ਕੀ ਪੰਜਾਬ ਦੀਆਂ ਔਰਤਾਂ ਦੇ ਖਾਤੇ ਵਿੱਚ 1000-1000 ਰੁਪਏ ਪਹੁੰਚ ਰਹੇ ਨੇ ਜਾਂ ਫਿਰ ਨਹੀਂ। ਆ ਕੇ ਭਗਵੰਤ ਮਾਨ ਜੀ ਨੂੰ ਸਵਾਲ ਜ਼ਰੂਰ ਕਰਨ ਵੀ ਭਗਵੰਤ ਮਾਨ ਜੀ, ਮੇਰੀ ਬਹਿਨ ਬੇਟੀਆਂ ਕੋ ਮਾਤਾਓਂ ਕੋ 1000 ਰੁਪਇਆ ਮਿਲ ਰਿਹਾ ਹੈ ਜਾਂ ਨਹੀਂ? ਜੇ ਆ ਪਿਛਲੇ ਜਿਹੜੇ ਕਿੰਨੇ 24 ਮਹੀਨੇ ਹੋ ਗਏ ਕਿ ਇਹ 24 ਮਹੀਨਿਆਂ ਦੇ 24-24 ਹਜ਼ਾਰ ਮਿਲਾ ਕੇ 1 ਕਰੋੜ ਜਿਹੜੇ ਲੋਕਾਂ ਨੂੰ, ਬੱਚਿਆਂ ਨੂੰ ਜਾਣਾ ਸੀਗਾ, 1 ਕਰੋੜ ਦੇ ਕਰੀਬ ਆਬਾਦੀ ਹੈ ਸਾਡੀ ਮਹਿਲਾਵਾਂ ਦੀ, 12,000 ਕਰੋੜ ਰੁਪਇਆ ਸਾਲਾਨਾ ਦੇ ਹਿਸਾਬ ਨਾਲ ਜਿਹੜਾ ਪੈਸਾ ਬਣਦਾ ਹੈ, ਉਹ ਕਦੋਂ ਰਿਲੀਜ਼ ਕਰਨਗੇ ਭਗਵੰਤ ਮਾਨ ਜੀ? ਉਹ ਅਗਰ ਕੱਲ੍ਹ ਚਾਨਣਾ ਪਾ ਦੇਣ ਤਾਂ ਅਸੀਂ ਮੰਨਾਂਗੇ ਵੀ ਵਾਕਈ ਸੱਤਿਆਵਾਦੀ ਹਰੀਸ਼ ਚੰਦਰ ਹੈਗੇ, ਝੂਠ ਨਹੀਂ ਬੋਲਤੇ,
ਤੇ ਕੱਟਰ ਇਮਾਨਦਾਰ ਹੈ, ਕੱਟਰ ਸੱਚਵਾਦੀ ਹੈ, ਨਹੀਂ ਤਾਂ ਸਾਹਿਬ ਪੋਲ ਤਾਂ ਖੁੱਲ੍ਹੀ ਰਹੀ ਹੈ, ਇਹਨਾਂ ਦੀ ਸਾਰਾ ਕੁਝ ਸਾਹਮਣੇ ਆ ਜਾਊਗਾ। ਸਵਾਤੀ ਮਾਲੀਵਾਲ ਦੇ ਨਾਲ ਕਥਿਤ ਕੁੱਟਮਾਰ ਦੇ ਮਾਮਲੇ ਵਿੱਚ ਜਾਖੜ ਨੇ ਕੇਜਰੀਵਾਲ ਨੂੰ ਘੇਰਦਿਆਂ ਕਿਹਾ ਕਿ ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਚਲਾਉਣ ਦਾ ਦਾਅਵਾ ਕਰਦੇ ਹੋ। ਭਾਈਵਾਲ ਕਾਂਗਰਸ ਪਾਰਟੀ ਨੇ ਵੀ ਅਜਿਹੇ ਪ੍ਰੋਗਰਾਮ ਦੇ ਪ੍ਰੋਗਰਾਮ ਚਲਾਉਣ 'ਚ ਕੋਈ ਕਮੀ ਨਹੀਂ ਛੱਡੀ, ਇਹੋ ਜਿਹੇ ਸਸ਼ਕਤੀਕਰਨ ਤੋਂ ਤਾਂ ਅੱਲਾ ਹੀ ਬਚਾਏ। ਜਾਖੜ ਨੇ ਕੇਜਰੀਵਾਲ ਤੋਂ 20,000 ਕੋਲ ਮਾਈਨਿੰਗ ਤੋਂ ਆਉਣ ਦੇ ਦਾਅਵੇ ਦਾ ਹਿਸਾਬ ਵੀ ਮੰਗਿਆ। ਚਰਨਜੀਤ ਚੰਨੀ ਦੇ ਇਲਾਕੇ ਵਿੱਚ ਵੀ ਕਹਿੰਦੇ ਰੇਤ ਮਾਫੀਆ ਦਾ ਪੈਸਾ ਕਿੱਧਰ ਨੂੰ ਜਾ ਰਿਹਾ ਹੈ ਇਹ ਤਾਂ ਪਤਾ ਹੈ, ਬਾਕੀ ਕਿਸ ਕਿਸ ਦੇ ਪਰਿਵਾਰ ਵਿੱਚ ਜਾ ਰਿਹਾ ਇਹ ਕੇਜਰੀਵਾਲ ਸਾਹਿਬ ਖੁਦ ਦੱਸ ਦੇਣ। ਮਹਿਲਾ ਸਸ਼ਕਤੀਕਰਨ ਦੇ ਕਾਰਨ ਇੱਕ ਮਹਿਲਾ MP ਵਿਮਨ ਕਮਿਸ਼ਨ ਦੀ ਚੇਅਰਮੈਨ, ਅਗਰ ਉਹ ਸੁਰੱਖਿਅਤ ਨਹੀਂ ਜਿਨ੍ਹਾਂ ਦੇ ਰਾਜ ਦੇ ਅੰਦਰ ਤੇ ਪੰਜਾਬ ਦੇ ਅੰਦਰ ਵੀ ਜਿਨ੍ਹਾਂ ਨਾਲ ਉਹਨਾਂ ਨੇ ਸਾਂਝ ਪਾਈ ਹੈ, ਇਹਨਾਂ ਦੇ ਤਾਂ ਘਰੇ ਬੁਲਾ ਕੇ ਕੁੱਟੇ ਜਾਂਦੇ ਹੈ, ਤੇ ਜਿਹੜੇ ਇਹਨਾਂ ਦੇ ਭਾਈਵਾਲ ਪਾਰਟੀ ਹੈ, ਆਮ ਆਦਮੀ ਪਾਰਟੀ ਦੀ, ਕਾਂਗਰਸ ਪਾਰਟੀ, ਉਹਨਾਂ ਦੇ ਮੁੱਖ ਮੰਤਰੀ, ਉਹਨਾਂ ਨੇ ਵੀ ਆਪਣੇ ਕੰਨੋਂ ਮੈਂ ਨਹੀਂ ਸਮਝਦਾ ਕੋਈ ਘਾਟ ਰੱਖੀ ਮਹਿਲਾ ਸਸ਼ਕਤੀਕਰਨ ਦੀ, ਤੇ ਮੈਂ ਸਮਝਦਾ ਵੀ ਇਹ ਜੇ ਸਸ਼ਕਤੀਕਰਨ ਤੋਂ ਅੱਲਾ ਬਚਾਏ ਐਸੇ ਸਸ਼ਕਤੀਕਰਨ ਸੇ। ਫਰੀਦਕੋਟ ਤੋਂ BJP ਉਮੀਦਵਾਰ ਹੰਸ ਰਾਜ ਹੰਸ ਨੇ ਸ਼ੁੱਕਰਵਾਰ ਨੂੰ ਸਟੇਜ ਤੇ ਰੋ ਕੇ ਆਪਣਾ ਦੁੱਖੜਾ ਸੁਣਾਇਆ ਤੇ ਮਾਫ਼ੀ ਵੀ ਮੰਗੀ। ਉਸ ਤੇ ਹੁਣ ਕਿਸਾਨਾਂ ਦਾ ਵੀ ਜਵਾਬ ਆਇਆ ਹੈ। ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਹੰਸ ਨੂੰ ਜਵਾਬ ਦਿੰਦਿਆਂ ਕਿਹਾ ਕਿ ਹੰਸ ਰਾਜ ਹੰਸ ਬਹੁਤ ਹੀ ਸ਼ਾਤਰ ਕਿਸਮ ਦਾ ਇਨਸਾਨ ਹੈ ਤੇ ਉਹ ਵੋਟਾਂ ਦੇ ਧਰੁਵੀਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਡੱਲੇਵਾਲ ਨੇ ਸਪਸ਼ਟ ਕੀਤਾ ਕਿ ਇੱਕ ਵੀ ਬੰਦਾ ਹੰਸ ਰਾਜ ਹੰਸ ਦੀ ਗੱਡੀ ਦੇ ਨੇੜੇ ਨਹੀਂ ਆਇਆ। ਨਾਲੇ ਕਹਿੰਦੇ ਪੁਲਿਸ ਨੂੰ ਸਾਰਾ ਪਤਾ ਸੀ ਕਿ ਕਿਸਾਨਾਂ ਨੇ ਕਿੱਥੇ ਕਿੱਥੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਤੇ ਫਿਰ ਹੰਸ ਰਾਜ ਹੰਸ ਉੱਧਰ ਕਰਨ ਕੀ ਗਏ ਸੀ। ਪੁਲਿਸ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਨੇ ਕਿ ਹੰਸ ਰਾਜ ਹੰਸ ਨੂੰ ਉੱਧਰ ਕਿਉਂ ਲਿਆਂਦਾ ਗਿਆ। ਡੱਲੇਵਾਲ ਨੇ ਕਿਹਾ ਕਿ ਹੰਸ ਦੇ ਪਿਛਲੇ ਬਿਆਨਾਂ ਨੇ ਲੋਕਾਂ ਨੂੰ ਉਕਸਾਇਆ, ਲੋਕ ਗੁੱਸੇ ਵਿੱਚ ਹਨ ਤੇ ਇਲਜ਼ਾਮ ਲਾਇਆ ਕਿ ਹੰਸ ਰਾਜ ਹੰਸ ਭਾਜਪਾ ਤੇ RSS ਦੇ ਏਜੰਡੇ ਤਹਿਤ ਸਮਾਜ ਵਿੱਚ ਗਲਤ ਸੁਨੇਹਾ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ। ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਦੇ ਹੱਕ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੀਨਾ ਨਗਰ ਦੇ ਵਿੱਚ ਵੱਡੀ ਰੈਲੀ ਕੱਢੀ। ਇਸ ਦੌਰਾਨ ਸੁਖਬੀਰ ਬਾਦਲ ਨੇ RSS ਤੇ BJP ਤੇ ਜੰਮ ਕੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਇਹ ਸਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਰਹੇ ਨੇ। BJP ਇੱਕ ਧਰਮ ਦੇ ਖਿਲਾਫ ਬੋਲ ਕੇ ਦੂਜੇ ਧਰਮ ਨੂੰ ਇਕੱਠਾ ਕਰਕੇ ਉਹਨਾਂ ਦੀਆਂ ਵੋਟਾਂ ਲੈਣਾ ਚਾਹੁੰਦੀ ਹੈ। ਕਹਿੰਦੇ ਮੈਂ ਪ੍ਰਧਾਨ ਮੰਤਰੀ ਦਾ ਮੰਗਲ ਸੂਤਰ ਵਾਲਾ ਬਿਆਨ ਸੁਣ ਕੇ ਹੈਰਾਨ ਹੋ ਗਿਆ। ਹੁਣ ਗੱਲ ਇੱਥੋਂ ਤੱਕ ਆ ਗਈ ਹੈ ਕਿ UP ਵਿੱਚ BJP ਦੀ ਰੈਲੀ ਵਿੱਚ ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਜੇ BJP ਨੂੰ ਵੋਟਾਂ ਨਾ ਪਾਈਆਂ ਤਾਂ ਤੁਹਾਡੇ ਘਰ ਦੀਆਂ ਟੂਟੀਆਂ ਲੈ ਕੇ ਚਲੇ ਜਾਣਗੇ। ਸੁਖਬੀਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਿਆਨ ਤੋਂ ਸਾਫ਼ ਹੈ ਕਿ BJP ਦੀ ਸਰਕਾਰ ਨਹੀਂ ਬਣਨ ਵਾਲੀ। ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਕਹਿੰਦੇ ਖਿਸਕ ਗਈ ਹੈ। ਜਿਹੜੇ 400 ਪਾਰ ਦਾ ਨਾਰਾ ਦੇ ਰਹੇ ਸੀ, ਮੈਨੂੰ ਲੱਗਦਾ ਹੈ ਕਿ 200 ਤੋਂ ਵੀ ਹੇਠਾਂ ਜਾਣਗੇ। ਪੋਲਰਾਈਜੇਸ਼ਨ ਦੀ ਪੋਲਿਟਿਕਸ ਅੱਜ ਚੱਲ ਰਹੀ ਹੈ। ਮੈਂ ਹੈਰਾਨ ਰਹਿ ਗਿਆ ਜਦੋਂ ਪ੍ਰਧਾਨ ਮੰਤਰੀ ਦੇ ਬਿਆਨ ਮੈਂ ਸੁਣੇ ਪਿੱਛੇ ਜੇ ਕਿ ਜੇ BJP ਨੂੰ ਵੋਟਾਂ ਨਾ ਪਾਈਆਂ ਬੀਬੀਆਂ ਦੇ ਮੰਗਲ ਸੂਤਰ ਖੋਹ ਲੈਣਗੇ। ਇਹ ਤੋਂ ਮਾੜੇ ਬਿਆਨ ਕੈਸੇ ਕਿਵੇਂ ਹੋ ਸਕਦੇ ਹੈ? 70 ਸਾਲ ਤੱਕ ਕਿਸੇ ਨੇ ਖੋਏ ਨਹੀਂ ਤੇ ਹੁਣ ਕਿਵੇਂ ਹੋ ਜਾਣਗੇ? ਤੇ ਪਰਸੋਂ ਚੌਥੇ ਮੈਂ UP ਦਾ ਇਲੈਕਸ਼ਨ ਸੀ, ਪ੍ਰਧਾਨ ਮੰਤਰੀ ਕਹਿਣ ਲੱਗੇ ਜੇ BJP ਨੂੰ ਨਾ ਵੋਟਾਂ ਪਾਈਆਂ ਤੁਹਾਡੇ ਘਰ ਦੀਆਂ ਪਾਣੀ ਵਾਲੀਆਂ ਟੂਟੀਆਂ ਖੋਹ ਕੇ ਲੈ ਜਾਓ। ਹੁਣ ਪਾਣੀ ਦੀ ਟੂਟੀਆਂ ਇਸ ਲੈਵਲ ਤੇ ਪ੍ਰਧਾਨ ਮੰਤਰੀ ਆ ਗਏ, ਇਹਦਾ ਮਤਲਬ ਕੀ ਹੈ? ਕਿ ਉਹਨਾਂ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਹੈ। ਜਿਹੜੇ 400 ਕਹਿ ਰਹੇ ਸੀ, ਮੈਨੂੰ ਲੱਗਦਾ 200 ਤੋਂ ਵੀ ਥੱਲੇ ਜਾਣ ਲੱਗੇ ਹੈ।
ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਡਰੱਗ ਸਮਗਲਰਾਂ ਦੇ ਨਾਲ ਸੰਬੰਧ ਹੋਣ ਦਾ ਇਲਜ਼ਾਮ ਵੀ ਲਾਇਆ। ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਰੈਲੀ ਪੂਰੀ ਤਰ੍ਹਾਂ ਫਲੌਪ ਰਹੀ। 8 ਜ਼ਿਲ੍ਹਿਆਂ ਤੋਂ ਕਹਿੰਦਾ ਲੋਕ ਬੁਲਾਏ ਗਏ ਪਰ ਫਿਰ ਵੀ ਸਿਰਫ 2 ਤੋਂ 2500 ਲੋਕ ਹੀ ਇਕੱਠੇ ਹੋ ਸਕੇ। ਇਸ ਤੋਂ ਪਤਾ ਲੱਗਦਾ ਕਿ ਪੰਜਾਬ ਦੇ ਵਿੱਚ ਬੀਜੇਪੀ ਦੀ ਸਥਿਤੀ ਕੀ ਹੈ ਤੇ ਲੋਕ ਬੀਜੇਪੀ ਨੂੰ ਕਿੰਨੀਆਂ ਕੁ ਵੋਟਾਂ ਪਾਉਣਗੇ। ਸੋ ਇਹ ਜਿਹੜੀ ਇਹਨਾਂ ਦੀ ਫਲੋਪ ਸ਼ੋ ਹੋਇਆ, ਲੋਕ ਵੀ ਨਹੀਂ ਆਏ, 8 ਹਲਕਿਆਂ 'ਚੋਂ ਪਾਰਲੀਮੈਂਟਰੀ ਹਲਕਿਆਂ 'ਚੋਂ ਬੰਦੇ ਬੁਲਾ ਕੇ ਵੀ 2-3 ਹਜ਼ਾਰ ਦਾ ਇਕੱਠ ਨਹੀਂ ਹੋ ਸਕਿਆ। ਸਿਰਫ ਥੋੜ੍ਹੀ ਜਿਹੀ ਪੋਕਿਟ ਪਰ ਫੋਕਸ ਰੱਖਿਆ ਉਹਨਾਂ ਨੇ ਇਕੱਠ ਨੂੰ, ਕਿਉਂਕਿ ਇਕੱਠ ਜ਼ਿਆਦਾ ਨਹੀਂ ਸੀ। ਸੋ ਇਕੱਠ ਵੀ ਨਾ ਹੁੰਦਾ, ਲੇਕਿਨ ਜੇ ਪ੍ਰਧਾਨ ਮੰਤਰੀ ਜੀ ਸਾਨੂੰ ਕੁਝ ਦੇਣ ਦਾ ਵਾਅਦਾ ਕਰ ਜਾਂਦੇ ਤਾਂ ਸਾਨੂੰ ਵੀ ਖੁਸ਼ੀ ਹੁੰਦੀ ਇਸ ਚੀਜ਼ ਦੀ। ਪਰ ਅੱਜ ਜਲੰਧਰ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਹੈ, ਲੇਕਿਨ ਮੈਂ ਜਲੰਧਰ ਵਾਸੀਆਂ ਨੂੰ ਚੰਨੀ ਨੇ ਕਿਹਾ ਕਿ ਦੇਸ਼ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਪੰਜਾਬ ਦਾ ਵਾਹਗਾ ਬਾਰਡਰ ਖੋਲ੍ਹ ਦਿਆਂਗੇ ਤਾਂ ਜੋ ਪਾਕਿਸਤਾਨ ਦੇ ਲੋਕ ਇਲਾਜ ਲਈ ਜੇ ਪੰਜਾਬ ਆਉਣਾ ਚਾਹੁੰਦੇ ਹੋਣ ਤਾਂ ਆ ਸਕਣ। ਇਹਦੇ ਨਾਲ ਕਹਿੰਦੇ ਮੈਡੀਕਲ ਟੂਰਿਜ਼ਮ ਨੂੰ ਵੀ ਹੁਲਾਰਾ ਮਿਲੇਗਾ। ਪਾਰਟੀ ਦਾ ਰਾਜ ਆਉਣ ਵਾਲਾ, ਕਾਂਗਰਸ ਪਾਰਟੀ ਇੱਥੇ ਇੰਡਸਟਰੀ ਨੂੰ ਰਿਵਾਈਵ ਕਰੇਗੀ, ਇਸ ਗੱਲ ਦਾ ਮੈਂ ਵਾਅਦਾ ਕਰਦਾ। ਕਾਂਗਰਸ ਪਾਰਟੀ ਸਿੱਖਿਆ ਖੇਤਰ ਦੇ ਵਿੱਚ ਇੱਥੇ ਯੂਨੀਵਰਸਿਟੀ ਲੈ ਕੇ ਆਏਗੀ, ਇੱਥੇ ਸਰਕਾਰੀ ਕਾਲਜ ਆਉਣਗੇ, ਜਨਰਲ ਯੂਨੀਵਰਸਿਟੀ ਆਏਗੀ ਅਤੇ ਖੋਜ ਕੇਂਦਰ ਬਣਨਗੇ। 30 ਲੱਖ ਨੌਕਰੀਆਂ ਦਾ ਕਾਂਗਰਸ ਪਾਰਟੀ ਨੇ ਆਪਣੇ ਮੈਨੀਫੈਸਟੋ 'ਚ ਵਾਅਦਾ ਕੀਤਾ। 8500 ਰੁਪਈਆ ਪਰ ਔਰਤ, ਜਿਹੜੀ ਕਿ ਇੱਕ ਪਰਿਵਾਰ ਦੀ ਮੁਖੀ ਔਰਤ ਹੈ ਗਰੀਬ ਦੀ, ਉਹਨਾਂ ਨੂੰ ਪਰ ਮੰਥ ਦੇਣ ਦਾ ਵਾਅਦਾ ਕੀਤਾ। MSP ਬਾਰੇ ਮੈਨੂੰ ਪੂਰੀ ਉਮੀਦ ਸੀ ਕਿ ਕੋਈ ਕਿਸਾਨੀ ਦੀ ਗੱਲ ਕਰਕੇ ਜਾਣਗੇ, ਪ੍ਰਧਾਨ ਮੰਤਰੀ ਜੀ ਨਹੀਂ ਕੀਤਾ। ਅਸੀਂ ਗਰੰਟੀ ਦਿੰਦੇ ਹਾਂ ਕਿ ਕੇਂਦਰ ਦੀ ਸਾਡੀ ਸਰਕਾਰ ਆਏਗੀ ਤਾਂ ਅਸੀਂ MSP ਗਰੰਟੀ ਕਾਨੂੰਨ ਲੈ ਕੇ ਆਵਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਹੁਣ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਗੁਰੂ ਕੀ ਨਗਰੀ ਅੰਮ੍ਰਿਤਸਰ ਪਹੁੰਚੇ। ਰਾਹੁਲ ਪੰਜਾਬ ਦੇ ਵਿੱਚ 3 ਵੱਡੀਆਂ ਰੈਲੀਆਂ ਕਰਨਗੇ। ਸ਼ੁਰੂਆਤ ਉਹਨਾਂ ਨੇ ਅੰਮ੍ਰਿਤਸਰ ਤੋਂ ਕੀਤੀ ਹੈ। ਇੱਥੇ ਪਹੁੰਚਣ ਤੋਂ ਬਾਅਦ ਰਾਹੁਲ ਗਾਂਧੀ ਪਾਰਟੀ ਉਮੀਦਵਾਰ ਤੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਭਰਵਾਂ ਚੋਣ ਪ੍ਰਚਾਰ ਕਰਦੇ ਦੇਖੇਗੇ। ਮੀਰਾਂਕੋਟ ਦੇ ਵਿੱਚ ਉਹਨਾਂ ਦੇ ਲਈ ਪੰਡਾਲ ਸਜਾਇਆ ਗਿਆ। ਇੱਥੇ ਕਰੀਬ 20,000 ਲੋਕਾਂ ਦੇ ਬੈਠਣ ਦਾ ਪ੍ਰਬੰਧ ਸੀ। ਇਸ ਮੌਕੇ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਜਾ ਰਹੀ ਹੈ ਤੇ ਇੰਡੀਆ ਗਠਜੋੜ ਦੀ ਸਰਕਾਰ ਆ ਰਹੀ ਹੈ। 16 ਲੱਖ ਕਰੋੜ ਰੁਪਏ ਉਨ੍ਹੋਂਨੇ 22 ਲੋਕੋਂ ਕਾ ਕਰਜ਼ਾ ਮਾਫ ਕੀਆ, ਮਗਰ ਪੰਜਾਬ ਕੇ ਕਿਸਾਨ ਕਾ, ਬਾਕੀ ਪ੍ਰਦੇਸ਼ੋਂ ਕੇ ਕਿਸਾਨੋਂ ਕਾ ਏਕ ਰੁਪਿਆ ਉਨ੍ਹੋਂਨੇ ਕਰਜ਼ਾ ਮਾਫ ਨਹੀਂ ਕੀਆ ਹੈ। ਔਰ ਖੁੱਲ ਕਰ ਕਹਤੇ ਹੈ ਕਿ ਮੈਂ ਕਿਸਾਨੋਂ ਕਾ ਕਰਜ਼ਾ ਮਾਫ ਨਹੀਂ ਕਰੂੰਗਾ, ਕਿਉਂਕਿ ਇਸਸੇ ਕਿਸਾਨੋਂ ਕੀ ਆਦਤ ਬਿਗੜਤੀ ਹੈ। ਮੈਂ ਆਪਸੇ ਪੁੱਛਣਾ ਚਾਹਤਾ ਹੂੰ, ਅਦਾਨੀ ਕਾ ਕਰਜ਼ਾ ਮਾਫ ਹੋਤਾ ਹੈ, 16 ਲੱਖ ਕਰੋੜ ਰੁਪਏ 22 ਲੋਕੋਂ ਕਾ ਕਰਜ਼ਾ ਮਾਫ ਹੋਤਾ ਹੈ, ਤੋ ਉਨਕੀ ਆਦਤ ਨਹੀਂ ਬਿਗੜਤੀ ਹੈ, ਮਗਰ ਪੰਜਾਬ ਕੇ ਕਿਸਾਨ ਕਾ ਕਰਜ਼ਾ ਮਾਫ ਹੋਤਾ ਹੈ ਤੋ ਕਿਸਾਨ ਕੀ ਆਦਤ ਬਿਗੜਤੀ ਹੈ। ਯੇ ਕੈਸੀ ਸੋਚ ਹੈ?